Happy New Year! Happy New Year! Happy New Year, Ilahi! ਕਿੱਦਾਂ ਸਾਰਿਆਂ ਦਾ ਕੀ ਹਾਲ ਆ? ਸੌਰੀ ਅਸੀਂ ਬਹੁਤ ਦੇਰ ਹੋ ਗਈ ਵੀਡੀਓ ਨਹੀਂ ਬਣਾਏਗੀ, ਪਰ ਅਸੀਂ ਸਭ ਟਾਈਮ ਇਲਾਹੀ ਨਾਲ ਸਪੈਂਡ ਕਰ ਰਹੇ ਸੀ। ਸੋ ਨਵੇਂ ਸਾਲ ਤੋਂ ਬਹੁਤ ਲੇਟ ਹੈ, ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਤੁਹਾਡਾ ਵੀ ਨਵਾਂ ਸਾਲ ਬਹੁਤ ਵਧੀਆ ਹੋਇਆ ਹੋਵੇ। ਤੇ 2020 ਤੁਹਾਡਾ ਕਿੱਦਾਂ ਚੱਲ ਰਿਹਾ ਸਾਨੂੰ ਦੱਸੋ, ਐਂਡ ਤੇ ਤੁਹਾਡੇ ਕੀ ਗੋਲਸ ਆ 2020 'ਚ ਜੋ ਤੁਸੀਂ 2019 'ਚ ਨਹੀਂ ਅਚੀਵ ਕਰ ਸਕੇ, ਤਾਂ ਹੁਣ ਤੁਸੀਂ ਕੀ ਕਰਨਾ ਚਾਹੁੰਦੇ ਹਾਂ? ਅਤੇ ਅਸੀਂ ਤੁਹਾਨੂੰ ਵੀ ਦੱਸਾਂਗੇ ਅਸੀਂ ਕੀ ਕਰਨਾ ਚਾਹੁੰਦੇ 2020 'ਚ। ਅਤੇ ਹੁਣ ਨਵਜੋਤ ਖਾਣਾ ਲੈਣ ਚੱਲਾ ਬਾਹਰ। ਯੈਸ, ਸੋ ਅਸੀਂ ਸੋਚਿਆ ਵੀ ਅੱਜ ਪੰਜਾਬੀ 'ਚ ਮਕਬੈਂਗ ਖਾਣਾ ਖਾਂਦੇ ਆ। ਨਹੀਂ, ਮਕਬੈਂਗ ਵੀਡੀਓ ਔਰ ਮਕਬਾਂਗ 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 ਨਾ ਹਰ ਸੇ। ਓਕੇ, ਚਲੋ ਜੋ ਵੀ ਆ, ਪਰ ਅਸੀਂ ਫੂਡ ਟੇਸਟਿੰਗ ਕਰਨ ਜਾ ਰਹੇ ਹਾਂ ਐਕਚੁਅਲੀ। ਸੋ ਅਸੀਂ ਲੈਣ ਜਾ ਰਹੇ ਹਾਂ ਬਰੀਡੋ। ਯੈਸ, ਮੈਕਸੀਕਨ ਫੂਡ ਬਰੀਡੋ, ਸਿੰਪਲ ਰਾਈਟ? ਇਲਾਹੀ ਨੇ ਕੀ ਕਹਿਣਾ? ਦੁੱਧੂ ਇਲਾਹੀ, ਤੂੰ ਦੁੱਧੂ ਪੀਣਾ? Let's go get it and let's eat it and tell you what it tastes like. Yes. Check it out. No, it's chicken or anything. I hope not. So, if you don't know, I'm a vegetarian. I'm a meat meat candy. So, super. I'm really well vegan. So, I actually already extra guac banai sigi. Already paisi, so... ਮੈਂ ਸੋਚਿਆ ਚਿਪਸ ਦੇ ਨਾਲ ਖਾ ਲਊਂਗੀ ਕਿਉਂਕਿ ਐਕਸਟਰਾ ਮਿਲਦੇ ਹੁੰਦੇ ਨਾ। ਐਂਡ ਦੈਨ ਆਈ ਗਾਟ ਮਾਈ ਵਾਟਰ। ਤੂੰ ਕੀ ਪੀਣਾ? ਮੇਰਾ ਕੋਕ ਇੱਧਰ ਗਿਆ, ਮੇਰਾ ਕੋਕ ਫ੍ਰਿਜ ਚ। ਅੱਗੇ ਜਾਂਦੇ ਹੁੰਦੇ ਸੀਗੇ ਪਰ ਹੁਣ ਇੰਨਾ ਨਹੀਂ ਗਏ। ਕਿੰਨਾ ਟਾਈਮ ਹੋ ਗਿਆ? ਕਾਫੀ ਟਾਈਮ ਹੋ ਗਿਆ। ਤੇ ਜਦੋਂ ਅੱਜ ਹੀ ਲਾਹੀ ਵਾਲੇ ਹੋਈ ਨਹੀਂ ਸੁਣਦੇ ਸੀ ਖਾਧਾ ਸੀਗਾ, ਪਰ ਹੁਣ ਅਸੀਂ ਜਿਹੜਾ 2020 ਦਾ ਅਸੀਂ ਡਾਇਟ ਸ਼ੁਰੂ ਕੀਤਾ ਹੋਇਆ ਤੇ ਮੇਰਾ ਕੋਕ ਦਾ ਸਾਈਜ਼ ਕਿਆ ਛੋਟਾ ਹੋ ਗਿਆ, ਛੰਡਿਆ ਨਹੀਂ ਮੈਂ ਪਰ ਘਟਾ ਤਾ। ਮੈਂ ਐਕਚੁਲੀ ਕੋਕ ਛੱਡ ਦਿੱਤਾ ਕਿਉਂਕਿ ਮਿੱਠਾ ਬਹੁਤ ਹੁੰਦਾ, ਸੋ ਬਹੁਤ ਲਿਮਿਟਿਡ ਕਰ ਲਾਈਕ ਆਈ ਮੈਂ ਹਮੇਸ਼ਾ ਇੱਕ ਸਿਪ ਲੈਂਦੀ ਹੁੰਦੀ ਤੋਂ, ਉਹ ਵੀ ਕਦੀ ਕਦੀ ਨੈਪਕਿਨ। ਸੋ ਮੈਨੂੰ ਪਤਾ ਨਹੀਂ ਹੁਣ ਤੁਹਾਨੂੰ ਮੈਂ ਮੈਕਸੀਕਨ ਫੂਡ ਕਿਹਨੂੰ ਕਿਹਨੂੰ ਪਸੰਦ ਆ। ਸੋ ਦਿਸ ਇਜ਼ ਬੁਰੀਟੋ, ਇਹ ਬਿਗ ਐਸ ਮਾਈ ਫੇਸ, ਮੇਰਾ ਤਾਂ ਵੀ ਕਾਫੀ ਵੱਡਾ। ਯੈਸ, ਬਿਗ ਬੁਰੀਟੋ। ਕਿਉਂ ਜਦੋਂ ਪਿੱਦੀ ਬਣਾ ਦਿੰਦੇ ਆ ਨਾ, ਉਹ ਮਜ਼ਾ ਨਹੀਂ ਆਉਂਦਾ ਹੈਗਾ। ਯੂ ਫੀਲ ਲਾਈਕ ਤੁਹਾਡੇ ਪੈਸੇ ਵੇਸਟ ਗਏ। ਐਂਡ ਸੌਸ, ਜਿਹੜੇ ਰੈਸਟੋਰੈਂਟ 'ਤੇ ਸੌਸ ਵਧੀਆ ਹੁੰਦਾ ਨਾ, ਉਹ ਰੈਸਟੋਰੈਂਟ ਵਧੀਆ ਹੁੰਦਾ ਵਾ। ਮੈਕਸੀਕਨ ਰੈਸਟੋਰੈਂਟ ਖਾਸ ਕਰ ਇਫ ਮੈਕਸੀਕਨ ਰੈਸਟੋਰੈਂਟ ਡਸ ਨਾਟ ਹੈਵ ਸੌਸ, ਦੈਟ ਮੀਨਸ ਇਟਸ ਅ ਬੈਡ ਰੈਸਟੋਰੈਂਟ। ਸੋ ਤੁਹਾਡੇ 2020 ਦੇ ਗੋਲਸ ਕੀ ਆ? ਅਸੀਂ ਉਹ ਪੁੱਛਣਾ ਚਾਹੁੰਦੇ ਸਾਡੇ ਕੀ ਗੋਲ ਆ ਉਹ ਤੁਹਾਨੂੰ ਦੱਸਦੇ ਹਾਂ। ਸੋ ਮੇਰੇ ਵਾਲਾ ਤਾਂ ਵੀਗਨ ਆ, ਸੋ ਨੋ ਚੀਜ਼ ਨੋ ਸਾਰ ਕ੍ਰੀਮ। ਵੈਲ ਐਨੀਵੇਜ਼, ਮੇਰਾ ਖਾਣਾ ਕਾਫੀ ਮੈਸੀ ਹੁੰਦਾ, ਸੋ ਜੇ ਮੇਰੇ ਮੂੰਹ ਤੇ ਕੋਈ ਬੂ ਲੱਗਿਆ ਸੋ ਪਲੀਜ਼ ਇਗਨੋਰ ਇਗਨੋਰ ਦਾ ਫੂਡ, ਇਗਨੋਰ ਹਰ ਫੇਸ। ਬੋਡੀ ਸਿਕਸ ਪੈਕ ਬਣਾਉਣਾ ਚਾਹੁੰਦਾ ਇੱਕ ਤੇ ਫਿਰ ਨਵਾਂ ਸਾਲ ਦਾ ਗੋਲ ਆ, ਤੇ ਇੱਕ ਤਾਂ ਉਹ ਗੋਲ ਆ, ਪਰ ਇੱਕ ਹੋਰ ਗੋਲ ਹੈਗਾ ਕਿ ਤੂੰ ਦੱਸ ਦਿਓ ਤੁਹਾਨੂੰ ਉਹ ਰੂਟੀਨ ਬਣ ਜਾਂਦੀ ਉਦੇ ਖਾਣ ਦੀ ਜਦੋਂ ਤੁਸੀਂ ਪ੍ਰੈਗਨੈਂਟ ਹੁੰਦੇ ਆ, ਤੇ ਉਹ ਰੂਟੀਨ ਜਿੱਦਾਂ ਮੇਰਾ ਵੀ ਬਣਿਆ ਵੈਸੇ ਅਨਹੈਲਥੀ ਖਾਣ ਦਾ। ਸੋ ਹੁਣ ਬਸ ਇਹੀ ਆ ਵੀ ਹੈਲਥੀ ਖਾਵਾਂ ਤੇ ਜਿਮ ਜਾਵਾਂ। ਹੁਣ ਮੈਂ ਜਿਮ ਲਾਈਕ 4 to 5 ਡੇਜ਼ ਜਾਂਦੀ ਹਾਂ ਵੀਕ 'ਚ, ਪਰ ਡਾਇਟ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਾਰਾ ਕੁਝ ਛੱਡ ਦਿਓ, ਮੋਡਰੇਸ਼ਨ 'ਚ ਖਾਓ। ਸੋ ਮੇਰੀ ਡਾਇਟ ਇੱਦਾਂ ਹੁੰਦੀ ਆ ਵੀ ਹੈਲਥੀ ਖਾਓ ਅਤੇ ਘਰ ਬਣਾ ਕੇ ਖਾਓ, ਜਿੰਨਾ ਵੀ ਖਾਣਾ ਘਰ ਬਣਾਉਣਾ, ਬਾਹਰੋਂ ਨਹੀਂ ਕੁਛ ਵੀ ਖਾਣਾ। ਸੋ ਮੇਰਾ ਇਹ ਗੋਲ ਹੁੰਦਾ, ਨਾਲੇ ਤੁਸੀਂ ਪੈਸੇ ਸੇਵ ਕਰਦੇ ਆ ਅਤੇ ਨਾਲੇ ਤੁਸੀਂ ਘਰੋਂ ਖਾਂਦੇ ਆ। ਸੋ ਦੋ ਚੀਜ਼ਾਂ ਦਾ ਬੈਨੀਫਿਟ ਆ ਤੁਹਾਨੂੰ, ਨਾਲੇ ਹੈਲਥੀ ਹੁੰਦਾ, ਘਰ ਦਾ ਖਾਣਾ ਹਮੇਸ਼ਾ ਹੈਲਥੀ ਹੁੰਦਾ। ਤੁਹਾਨੂੰ ਇਹ ਵੀ ਪਤਾ ਆਪਾਂ ਬਾਹਰ ਦਾ ਬਰੀਟੋ ਲੈ ਕੇ ਕਰਦੇ ਹਾਂ। ਨਹੀਂ ਪਰ ਸੱਚੀ ਐਕਚੁਅਲੀ ਦਿਸ ਈਅਰ ਵੀ ਕੋਕ ਵੀ ਮੈਂ ਥੋੜ੍ਹਾ ਪਿਆ ਕਰਨਾ, ਮੇਰਾ ਆਲਰੇਡੀ ਕੈਨ ਸਾਈਜ਼ 90 ਕੈਲਰੀਜ਼ ਤੇ ਆ ਗਿਆ, ਸੋ ਕੋਕ ਬਹੁਤ ਘਟਾ ਤਾ। ਆਈ ਥਿੰਕ ਵੱਡੇ ਵਾਲੇ 'ਚ 110 ਹੁੰਦੇ ਆ,
So only 20 calories left. Sachi? No way. Nahi. Hana? Didn't I? I think you're right. Mere badde wale 110 hunde hain. Or 20? Or 110, yeah. I gotta look at it. So next time I'm badde ganna pehle kya hoenge? You can just look at it there and see. No, appa kar rahe ki pehle karenge na. So Elahi da this year, Elahi da goal hai ga, she's gonna start walking. So that's her goal. And she's gonna start eating. ਪਿਊਰੀ ਦਾ ਮਤਲਬ ਹੁੰਦਾ ਵੀ ਪੀਸ ਕੇ ਉਹਨਾਂ ਨੂੰ ਦਿੰਦੀ ਆ ਪੂਰਾ ਉਬਾਲ ਕੇ ਫਿਰ ਪੀਸ ਕੇ ਉਹਨੂੰ ਦਿੰਦੀ ਹੈ ਇਹਨੂੰ ਇਲਾਹੀ ਨੂੰ ਬਟ ਇਹ ਬਿਲਕੁਲ ਲਾਈਕ ਨਹੀਂ ਕਰਦੀ ਉਹ ਸਾਰਾ ਕੁਛ ਮੈਂ ਬਹੁਤ ਟਰਾਈ ਕਰਦੀ ਇਹਨੂੰ ਰੋਜ਼ ਦੇਣ ਦੀ ਬਟ ਸਾਰਾ ਕੁਛ ਉਦਾਂ ਹੀ ਕੱਢ ਦਿੰਦੀ ਆ ਸੋ ਮੈਨੂੰ ਇਹ ਦੱਸੋ ਜਿੰਨਿਆਂ ਲੋਕਾਂ ਕੋਲ ਬੇਬੀਜ਼ ਆ ਵੀ ਇਜ਼ ਦੈਟ ਨੋਰਮਲ ਵੀ ਨਿਆਣੇ ਇੱਦਾਂ ਹੀ ਕਰਦੇ ਆ ਜਦੋਂ ਪਹਿਲੀ ਵਾਰ ਤੁਸੀਂ ਕੁਛ ਇੰਟਰੋਡਿਊਸ ਕਰਾਉਂਦੇ ਹੋ ਉਹਨਾਂ ਨੂੰ ਵੀ ਉਹ ਮੂੰਹ 'ਚ ਜੋ ਵੀ ਪਾਉਂਦੇ ਉਹ ਕੱਢ ਦਿੰਦੇ ਆ ਸੋ ਇਲਾਹੀ ਤਾਂ ਸੋਫਾਰ ਇੱਦਾਂ ਹੀ ਕਰ ਰਹੀ ਆ ਸੋਫਾਰ ਇਹਨੇ ਸਿਰਫ ਐਪਲ ਖਾਧਾ ਸੀ ਦੈਟਸ ਇਟ ਰਾਈਟ ਲਾਹੀ ਹੁਣ ਲਾਈਕ 4.5 ਮਹੀਨੇ ਹੋ ਗਏ ਨਾ ਯਾ ਸੋ ਸ਼ੀ ਇਜ਼ ਪ੍ਰੀਟੀ ਐਕਟਿਵ ਸੋ ਹੱਥ ਉਹ ਦਿਮਾਗ ਦਿੰਦੀ ਆ ਉਹ ਤੇ ਬੋਲਦੀ ਵੀ ਬਹੁਤ ਐਕਚੁਅਲੀ ਐਂਡ ਅੱਜ ਡਾਕਟਰ ਦੇ ਲਾਗੇ ਗਏ ਸੀਗੇ ਸ਼ੀ ਵਾਜ਼ ਲਾਈਕ ਵੀ ਤੁਹਾਡੀ ਕੁੜੀ ਬਹੁਤ ਜ਼ਿਆਦਾ ਬੋਲਦੀ ਆ ਕਿਉਂ ਉੱਥੇ ਬੋਲੀ ਜਾਵੇ ਉਹ ਡਾਕਟਰ ਸਾਡੇ ਨਾਲ ਬੇਚਾਰੀ ਗੱਲ ਕਰਨ ਦੀ ਕੋਸ਼ਿਸ਼ ਕਰੇ ਬੋਲੀ ਆ ਸੋ ਕਹਿੰਦੀ ਤਾਂ ਬੋਲਦੀ ਬਹੁਤ ਆ ਆਈ ਨੋ ਵਿਚ ਇਜ਼ ਅ ਗੁੱਡ ਥਿੰਗ ਨਿਆਣੇ ਨੂੰ ਬੋਲਣਾ ਚਾਹੀਦਾ ਉਹਨੂੰ ਕਦੀ ਨਾ ਰੋਕੋ ਵੀ ਨਾ ਬੋਲੇ ਯੂ ਨੋ That's how they grow. So, which is a good thing. They have told me. And today, the injection is also 4 months. I know. It's hard to watch them. I'm going to get shots. I was going to get out of the room. Because I couldn't see it. I didn't see it. You know, the kids are taking the tickets. I didn't see it. Especially if you don't see it. Dude, ਜਿਹੜੀ ਉਹ ਨਰਸ ਨੇ ਲਾਇਆ ਸੀ ਨਾ ਟੀਕਾ ਉਹਨੇ ਟੀਕਾ ਲਾਇਆ ਤੇ ਭੱਜ ਗਈ ਉਹਦੀ ਹਾਂ ਉਹਦੇ ਬਾਅਦ ਕੁਛ ਨਹੀਂ ਕਿਹਾ ਉਹਨੇ ਲਾਈਕ ਸ਼ੀ ਜਸਟ ਰੈਨ ਸ਼ੀ ਜਸਟ ਟੁੱਕ ਆਫ ਸ਼ੀ ਲਾਈਕ ਓ ਯੂਅਰ ਬੇਬੀ ਆਈ ਵਾਸ ਟੈਮ ਮੈਂ ਬਾਹਰ ਖੜੀ ਸੀਗੀ ਤੇ ਉਹ ਮੈਨੂੰ ਕਹਿੰਦੀ ਉਹ ਆਈ ਐਮ ਡਨ ਤੇ ਭੱਜ ਗਈ ਕੋਈ ਇਦਾਂ ਨਾਰਮਲ ਹੈ ਜਾਂ ਇੱਦਾਂ ਕਰਦੇ ਸਾਰੀਆਂ ਨਰਸਾਂ ਜਾਂ ਕਿੱਦਾਂ ਆਈ ਡੋਨਟ ਨੋ ਨਵਜੋਤ ਵੀ ਨਰਸ ਹੈਗਾ ਵਾ ਬਟ ਆਈ ਡੋਨਟ ਨੋ ਵੀ ਇਹ ਵੀ ਟੀਕਾ ਲਾ ਕੇ ਇਦਾਂ ਬਾਹਰ ਭੱਜੋ ਨਵਜੋਤ ਵੀ ਹਸਪੀਟਲ ਚ ਕੰਮ ਕਰਦਾ ਬਟ ਆਈ ਡੋਨਟ ਨੋ I mean, I wonder ki Ayana Jyot pe dekh raha tha. No, I mean, I stand there, like... How's that in the name? So, ta diet to de America de hospital da ki experience hunda bachya na jo tu bachya ne ke jaandi aan te unna de jehde monthly injections hunde aa unna bare ki experience ta da like ta de ki khayal aa unna bare so ta da experience kive hunda jo tu lai ke aane apne baby nu hospital ਵੀ ਜਦੋਂ ਇੰਜੈਕਸ਼ਨ ਲੱਗਦੇ ਆ ਵੀ ਤੁਹਾਡੇ ਡਾਕਟਰ ਕਿਵੇਂ ਉਹਨਾਂ ਬੱਚਿਆਂ ਨੂੰ ਤੁਹਾਡੇ ਨੂੰ ਟ੍ਰੀਟ ਕਰਦੀ ਆ ਲਾਈਕ ਸਾਨੂੰ ਦੱਸੋ ਐਂਡ ਅਗੇਨ ਗੋਇੰਗ ਬੈਕ ਟੂ ਆ ਸਾਲ ਦੇ ਗੋਲਸ ਹੋਰ ਹਜੇ ਉਹ ਤੇਰਾ ਗੋਲ ਕੀ ਆ ਸੋ ਮੇਰਾ ਗੋਲ ਜਦੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਮੈਂ ਮੇਕਅਪ ਆਰਟਿਸਟ ਹਾਂ ਸੋ ਮੇਰਾ ਇਹੀ ਗੋਲ ਆ ਕਿ ਮੈਂ ਆਪਣਾ ਕੰਮ ਨੂੰ ਥੋੜ੍ਹਾ ਅੱਗੇ ਹੋਰ ਵਧਾਵਾਂ ਨੈਕਸਟ ਲੈਵਲ 'ਤੇ ਲੈ ਕੇ ਜਾਵਾਂ ਸੋ ਇਹੀ ਗੋਲ ਆ ਵੀ ਕਿਉਂਕਿ ਪਿਛਲੇ ਸਾਲ ਮੈਂ ਪ੍ਰੈਗਨੈਂਟ ਸੀਗੀ ਸੋ ਥੋੜ੍ਹਾ ਜਿਹਾ ਇੰਨਾ ਕੰਮ ਨਹੀਂ ਕਰ ਸਕੀ ਬਿਕੋਜ਼ ਯੂ ਨੋ ਤੁਹਾਡੀ ਬਾਡੀ ਦੀ ਤੁਹਾਨੂੰ ਪਤਾ ਨਹੀਂ ਤੁਹਾਨੂੰ ਕਿਹੜੇ ਸਿਮਟਮਸ ਹੋਣੇ ਆ ਸਮਟਾਈਮਸ ਤੁਸੀਂ ਬਹੁਤ ਲੋਅ ਫੀਲ ਕਰਦੇ ਆ ਸਮਟਾਈਮਸ ਤੁਸੀਂ ਓਕੇ ਹੁੰਦੇ ਆ ਸੋ ਹਰ ਦਿਨ ਪ੍ਰੈਗਨੈਂਸੀ ਦਾ ਬਹੁਤ ਡਿਫਰੈਂਟ ਹੁੰਦਾ ਐਂਡ ਐਵਰੀ ਹਰ ਇੱਕ ਬੰਦੇ ਦੀ ਪ੍ਰੈਗਨੈਂਸੀ ਬਹੁਤ ਡਿਫਰੈਂਟ ਹੁੰਦੀ ਆ ਸੋ ਹੁਣ ਆਹ ਸਾਲ ਹੁਣ ਲਾਈਫ ਵੀ ਥੋੜ੍ਹੀ ਵੱਡੀ ਹੋ ਗਈ ਆ ਸੋ ਹੁਣ ਇਹਦਾ ਰੂਟੀਨ ਜਿਹਾ ਬਣ ਗਿਆ ਸੋ ਹੁਣ ਇੱਕਦਮ ਦੱਬ ਕੇ ਕੰਮ ਕਰਨਾ ਸੋ ਆਪਣੇ ਕੰਮ ਨੂੰ ਥੋੜ੍ਹਾ ਨੈਕਸਟ ਲੈਵਲ ਲੈ ਕੇ ਜਾਣਾ ਇਹ ਗੋਲ ਆ ਮੇਰਾ No, that's a good goal. Yeah. And plus, there is like a primary job. I mean, it's not like there is side work. So, you should excel, you know. And I'm here. Yeah. We are supporting you, right? Yeah, so what is your whole goal? My whole goal is be... I mean, I'm going to work on like stuff like that. Buy a bigger house. And do a bigger job. Do a bigger job. Stuff like that. ਯਾ ਇਹ ਗੋੜਾ ਮੈਨਾ ਅਜੇ ਸਾਇਨਾ ਵੱਡਾ ਬੰਦੇ ਦਾ ਗੋਲ ਪਤਾ ਕੀ ਹੁੰਦਾ ਤੈਨੂੰ ਕੀ ਲੱਗਦਾ
being happy. Yeah, being happy and being at peace with their mind. ਮਤਲਬ ਬੰਦਾ ਜੇ ਆਪਣੇ ਦਿਮਾਗ ਨਾਲ ਤੇ ਆਪਣੀ ਲਾਈਫ ਚ ਖੁਸ਼ ਆ ਤੇ ਪੀਸ ਚ ਆ ਪੰਜਾਬੀ ਜੇ ਵੀ ਆਪਣੇ ਆਪ ਨਾਲ ਸ਼ਾਂਤੀ ਚ ਆ ਹਨਾ ਦਿਮਾਗ ਚ ਵੀ ਸ਼ਾਂਤੀ ਹੁੰਦੀ ਆ ਜੇ ਦਿਮਾਗ ਚ ਸ਼ਾਂਤੀ ਆ ਤੁਹਾਨੂੰ ਕੋਈ ਐਂਗਜ਼ਾਇਟੀ ਨਹੀਂ ਹੈ ਕੋਈ ਡਿਪਰੈਸ਼ਨ ਨਹੀਂ ਹੈਗਾ ਤੁਸੀਂ ਖੁਸ਼ ਆ ਤੁਸੀਂ ਕੁਝ ਵੀ ਅਚੀਵ ਕਰ ਸਕਦੇ ਆ ਆਈ ਥਿੰਕ ਐਗਜ਼ੈਕਟਲੀ ਐਂਡ ਯੂ ਆਰ ਹੈਲਥੀ ਤੁਸੀਂ ਹੈਲਥੀ ਆ ਅਗਰ ਜੇ ਤੁਸੀਂ ਸਾਰੇ ਬੰਨੇ ਸਟ੍ਰੈਸਡ ਆਊਟ ਆ ਤੁਸੀਂ ਕਦੀ ਵੀ ਜੋ ਮਰਜ਼ੀ ਕਰ ਲਓ ਜਿਹੜੇ ਮਰਜ਼ੀ ਲੈਵਲ ਤੇ ਪਹੁੰਚ ਜਾਓ ਤੁਸੀਂ ਹਮੇਸ਼ਾ ਦੁਖੀ ਹੀ ਰਹਿਣਾ ਸੋ ਆਈ ਥਿੰਕ ਹੈਪੀਨੈਸ ਇਜ਼ ਯੋਰ ਫਰਸਟ ਥਿੰਗ ਲਾਈਫ 'ਚ ਜੇ ਤੁਸੀਂ ਖੁਸ਼ ਨਹੀਂ ਹੈ ਨਾ ਡੋਂਟ ਡੂ ਅਦਰ ਥਿੰਗਸ ਫਰਸਟ ਆਪਣੇ ਆਪ ਨੂੰ ਫਿਕਸ ਕਰੋ ਫਿਰ ਅਗਲੀਆਂ ਚੀਜ਼ਾਂ ਨੂੰ ਕਰੋ ਲਾਈਕ ਆਪਦੇ ਆਪ ਨਾਲ ਇਸ ਵਕਤ ਜੋ ਤੁਸੀਂ ਹੈਗੇ ਹੋ ਆਪਣੇ ਆਪ ਨੂੰ ਲੈ ਕੇ ਟ੍ਰਾਈ ਟੂ ਬੀ ਹੈਪੀ ਵਿਦ ਯੋਰਸੈਲਫ ਯੂ ਨੋ ਜੇ ਤੁਸੀਂ ਖੁਸ਼ ਹੋ ਤੁਹਾਡੇ ਬੱਚੇ ਵੀ ਖੁਸ਼ ਰਹੋਗੇ ਫੈਮਿਲੀ ਵੀ ਖੁਸ਼ ਰਹੋਗੀ ਰਾਈਟ ਟਰੂ ਕਿਉਂਕਿ ਆਈ ਥਿੰਕ ਬਹੁਤ ਲੋਕ ਕਹਿੰਦੇ ਆ ਵੀ ਉਹਨਾਂ ਦੇ ਜਿਹੜੇ ਬੱਚੇ ਆ ਦੇ ਆਰ ਆਲਵੇਸ ਐਂਗਸ਼ੀਅਸ ਜਾਂ ਉਹ ਗੁੱਸੇ 'ਚ ਆ ਜਾਂ ਉਹ ਰੋਂਦੇ ਰਹਿੰਦੇ ਆ ਖੁਸ਼ ਨਹੀਂ ਗੇ ਬੱਚੇ ਵੀ ਖੁਸ਼ ਨਹੀਂ ਆਈ ਥਿੰਕ ਉਹ ਇਟਸ ਅ ਰਿਫਲੈਕਸ਼ਨ ਆਫ ਵਟ ਯੂ ਆਰ ਤੁਹਾਡੀ ਉਹ ਰਿਫਲੈਕਸ਼ਨ ਆ ਜੇ ਤੁਸੀਂ ਗੁੱਸੇ ਹੋ ਇਫ ਇਲਾਹੀ ਜੇ ਮੈਂ 24 ਘੰਟੇ ਇਲਾਹੀ ਦੇ ਮੂਹਰੇ ਗੁੱਸੇ ਰਹਾਂ ਸ਼ੀ ਇਜ਼ ਗੋਨਾ ਥਿੰਕ ਵੀ ਉਹ ਨੋਰਮਲ ਆ ਵੀ ਉਹ ਵੀ ਗੁੱਸੇ ਰਹਿ ਕਰੇ ਹਨਾ ਇਲਾਹੀ ਜੇ ਮੈਂ ਹੱਸੂਗਾ ਟੱਪੂਗਾ ਆਊ ਜੰਪ ਅਰਾਊਂਡ ਬੀ ਏ ਖੇਡ ਮਾਈ ਸੈਲਫ ਇਲਾਹੀ ਸੋਚੂਗੀ ਵੀ ਉਹ ਚੀਜ਼ ਨੋਰਮਲ ਆ ਸੋ ਇਲਾਹੀ ਵੀ ਉਹੀ ਕਰੂਗੀ ਬਈ ਹਾਂ ਯਾਪ ਦੈਟਸ ਸੋ ਟਰੂ ਬੱਚਿਆਂ ਲਈ ਐਗਜ਼ਾਮਪਲ ਬਣੋ ਸੋ ਉਹ ਵੀ ਆਪਣੇ ਅੱਗੇ ਹੋਗੇ ਅਗਰ ਜੇ ਤੁਸੀਂ ਉਹਨਾਂ ਨੂੰ ਕਹਿ ਕੇ ਕਹੀ ਨਹੀਂ ਆ ਨਾ ਕਰੋ ਉਹ ਨਾ ਕਰੋ ਬਟ ਤੁਸੀਂ ਉਹ ਸਾਰੀ ਚੀਜ਼ਾਂ ਕਰ ਰਹੇ ਆ ਸੋ ਅਫਕੋਰਸ ਕਿਡਸ ਜਿਹੜੇ ਅੱਜ ਕੱਲ੍ਹ ਉਹ ਸਮਾਰਟ ਆ ਦੇ ਨਾਟ ਡੰਬ ਯੂ ਨੋ ਸੋ ਦੇ ਨੋ ਐਵਰੀਥਿੰਗ ਦੇ ਵਾਚ ਐਵਰੀਥਿੰਗ ਦੇ ਹੇਅਰ ਐਵਰੀਥਿੰਗ ਸੋ ਯੂ ਨੋ ਆਪਾਂ ਨੂੰ ਆਪਣੇ ਸਰਾਊਂਡਿੰਗ ਨੂੰ ਲੈ ਕੇ ਬਹੁਤ ਕੇਅਰਫੁਲ ਹੋਣਾ ਚਾਹੀਦਾ ਨਿਆਣਿਆਂ ਦੇ ਕੋਲ ਵੀ ਆਪਾਂ ਕੀ ਕਰਦੇ ਹਾਂ ਆਪਣੇ ਸਾਰੇ ਐਕਸ਼ਨ ਸਾਰਾ ਕੁਝ ਉਹ ਦੇਖਦੇ ਆ ਯਾ ਲਾਈਕ ਇੱਕ ਮੇਰਾ ਗੋਲ ਸੀਗਾ ਵੈਨ ਹਰ ਜੋ ਜਦੋਂ ਵੈਨ ਸ਼ੀ ਵਾਸ ਪ੍ਰੈਗਨੈਂਟ ਵਿਦ ਇਲਾਹੀ ਆਈ ਮੀਨ ਬਸ ਇਲਾਹੀ ਇੱਕ ਨਹੀਂ ਨਹੀਂ ਆਪਣੇ ਤਾਂ ਬਹੁਤ ਬੱਚੇ ਆ ਹਾਂ ਵੀ ਮੇਰਾ ਉਹਦਾ ਗੋਲ ਸੀਗਾ ਵੀ ਟੂ ਕੀਪ ਹਰ ਜੋ ਐਸ ਹੈਪੀ ਐਸ ਆਈ ਕੈਨ ਕਿਉਂਕਿ ਸੋ ਇਫ ਸ਼ੀ ਇਜ਼ ਹੈਪੀ our baby is going to be happy you know if she's mad and depressed the same hormones are going to go through ilahi because obviously ilahi's ore ilahi you know they share the same blood they so ilahi is a happy baby kyunki I feel like her jod bhi bahut khush hogi you know not that because sade ko bahut paisa va or anything like that just small things you do be you know help her with small things and just be there as a support you know so if you have an irritable kid maybe I think I'm a theory hai meri mai kehni rahega ode theory hai so but again I don't know yeah I think it's true try ganj ki janda try ganj ki janda tu khush ho nare I mean jo banda koi I mean for example koi pehla hunde ya koi janani pregnant hundi ya ode husband da kaam sirf inna hona chahida bhi onu khush rakhe because ਜਨਾਨੀ ਦੇ ਆਲਰੇਡੀ ਐਵਰੀ ਡੇ ਬਹੁਤ ਹਾਰਮੋਨਸ ਉਹਦੀ ਬਾਡੀ ਦੇ ਚੇਂਜ ਹੁੰਦੇ ਆ ਅਤੇ ਉਹ ਐਵਰੀ ਡੇ ਬਹੁਤ ਡਿਫਰੈਂਟ ਫੀਲ ਕਰਦੀ ਹੈ ਬਿਕੋਜ਼ ਉਹਨੂੰ ਪਤਾ ਨਹੀਂ ਨੈਕਸਟ ਡੇ ਕਿੱਦਾਂ ਹੋਣਾ ਨੈਕਸਟ ਡੇ ਉੱਠ ਕੇ ਉਹਦੀ ਫੀਲਿੰਗ ਕੀ ਹੋਣੀ ਆ ਇਸ ਕਰਕੇ ਤੁਹਾਡੇ ਹਸਬੈਂਡ ਜਾਂ ਤੁਹਾਡੇ ਪਾਰਟਨਰ ਜਾਂ ਤੁਹਾਡੀ ਫੈਮਿਲੀ ਦਾ ਸਿਰਫ ਇੰਨੀ ਜੋਬ ਆ ਵੀ ਤੁਹਾਨੂੰ ਖੁਸ਼ ਰੱਖੇ ਤੂੰ ਬੇਟਾ ਖਾਣੀ ਆ ਯਾ ਆਮ ਹੋਲਡਿੰਗ ਹਰ ਉਹ ਆਤਾ ਹੀ ਬੇਟਾ ਨੋ ਆਮ ਨਾਟ ਮੈਂ ਕਹਿੰਦਾ ਜਿੱਦਾਂ ਨਾ ਤਾਂ ਹਮ ਹੈ ਅਰੇ ਲਹੀ ਆ ਜਾ ਜਾ ਆਈ ਥਿੰਕ ਆਹ ਵੀਡੀਓ ਕਾਫੀ ਲੰਬੀ ਹੋਣੀ ਆ ਸੋ ਸਾਨੂੰ ਦੱਸੋ ਜੇ ਤੁਹਾਨੂੰ ਇਦਾਂ ਦੀਆਂ ਲਾਈਕ ਗੱਲਾਂ ਕਰਨ ਵਾਲੀਆਂ ਵੀਡੀਓ ਵਧੀਆ ਲੱਗਦੀਆਂ ਕਿ ਨਹੀਂ ਸੋ ਅਸੀਂ ਇਹੀ ਹੋਰ ਬਣਾਇਆ ਕਰੀਏ ਜਾਂ ਲਾਈਕ ਅਸੀਂ ਘਰ ਦੇ ਵਿੱਚ ਕੁਛ ਜਿੱਦਾਂ ਰੈਗੂਲਰ ਚੀਜ਼ਾਂ ਕਰਦੇ ਹਾਂ ਉਦਾਂ ਦੀਆਂ ਵੀਡੀਓ ਐਂਡ ਮੇਰਾ ਇੱਕ ਵੀ ਗੋਲ ਹੈ ਕੁਛ ਮੈਂ ਕੁਕਿੰਗ ਲਾਈਕ ਬਹੁਤ ਕਰਦੀ ਹਾਂ ਸੋ ਜ਼ਿਆਦਾਤਰ ਮੈਂ ਹੁਣ ਇਹ ਚੀਜ਼ ਬੈਸਟ ਕੁਕ ਆਮ ਸੱਚੀ ਮੈਂ ਬਹੁਤ ਆਈ ਐਮ ਵੈਰੀ ਪਿਕੀ ਕਿਉਂਕਿ ਜੋ ਵੀ ਰੈਸਟੋਰੈਂਟ ਤੇ ਵੀ ਜਾਈਦਾ ਮੈਂ ਉਹਨਾਂ ਨੂੰ ਵੀ ਕਹਿ ਦਿੰਦਾ ਲਾਈਕ ਦਿਸ ਇਜ਼ ਨਾਟ ਕੁਆਈਟ ਵੀ ਸਹੀ ਨਹੀਂ ਬਣਾਇਆ ਤੁਸੀਂ ਜਾਂ ਗਲਤ ਬਣਾਇਆ ਵਾ ਕਿ ਨਹੀਂ ਕਹੋਗੇ ਤੁਹਾਨੂੰ ਦੇ ਓ ਸਰਵ ਯੂ ਜੋ ਉਹ ਕਹੋਗੇ ਸੋਚਦੇ ਵੀ ਉਹਨਾਂ ਨੂੰ ਨਹੀਂ ਪਤਾ ਹੈਗਾ ਜਿਹੜਾ ਕਸਟਮਰ ਆ ਯੂ ਨੋ ਦੇ ਗਿਵ ਯੂ ਵਟ ਐਵਰ ਦੇ ਫੀਲ ਲਾਈਕ ਦੇ ਗਿਵ ਯੂ ਯੂ ਨੋ ਬਟ ਸ਼ੀ ਇਜ਼ ਰੀਲੀ ਗੁੱਡ ਕੁੱਕ ਥੈਂਕ ਯੂ ਮੈਨੂੰ ਕੁਕਿੰਗ ਦਾ ਬਹੁਤ ਸ਼ੌਂਕ ਆ ਸੋ ਮੈਂ ਹੋਰ ਕੁਕਿੰਗ ਵੀਡੀਓਜ਼ ਵਗੈਰਾ ਪਾਇਆ ਕਰੂੰਗੀ ਤੇ ਨਾਲੇ ਤੁਹਾਨੂੰ ਟਿਪਸ ਦਊਂਗੀ ਕਿਵੇਂ ਤੁਸੀਂ ਆਪਣਾ ਕਿਚਨ 'ਚ ਟਾਈਮ ਸੇਵ ਕਰ ਸਕਦੇ ਆ ਲਾਈਕ ਦੇਰ ਆਰ ਸਮ ਟਿਪਸ ਐਂਡ ਟ੍ਰਿਕਸ ਕਿਵੇਂ ਯੂ ਨੋ ਅਗਰ ਜੇ ਕਿਸੇ ਦੇ ਬੇਬੀ ਹੈਗਾ ਘਰ ਦੇ ਵਿੱਚ ਸੋ ਯੂ ਨੋ ਉੱਦਾਂ ਹੀ ਟਾਈਮ ਬੰਦੇ ਨੂੰ ਘੱਟ ਹੁੰਦਾ ਸੋ ਕਿਵੇਂ ਘਰ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਕੁੱਕ ਕਰ ਸਕਦੇ ਲਾਈਕ ਯੂ ਨੋ ਛੋਟੀਆਂ ਛੋਟੀਆਂ ਟਿਪਸ ਦਊਂਗੀ ਸੋ ਉਹਦੇ ਬਾਰੇ ਜੇ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਉਹ ਵੀ ਦਿਖਾਊਂਗੀ ਐਂਡ ਜੇ ਮੇਰੇ
ਮੇਕਅਪ ਵੀਡੀਓਜ਼, ਯੂ نو ਜਦੋਂ ਮੈਂ ਕਲਾਇੰਟ ਦੇ ਘਰ ਜਾਂਦੀ ਹਾਂ ਉਹ ਵੀਡੀਓ ਬਿਹਾਈਂਡ ਦਾ ਸੀਨ ਦੇਖਣੀ ਆ, ਉਹਦੇ ਬਾਰੇ ਜੇ ਦੇਖਣਾ ਚਾਹੁੰਦੀ ਹਾਂ ਉਹ ਵੀ ਦੱਸ ਦਿਓ। ਸੋ ਬੇਸਿਕਲੀ ਸਾਨੂੰ ਆਈਡੀਆਜ਼ ਦਿਓ ਕਿਉਂਕਿ ਅਸੀਂ ਨਵੇਂ ਸਾਲ ਦੇ ਵਿੱਚ ਜ਼ਿਆਦਾ ਵੀਡੀਓਜ਼ ਅਪਲੋਡ ਕਰਿਆ ਕਰਨੀ ਆ, ਯੂ نو ਪਿਛਲਾ ਸਾਲ ਥੋੜ੍ਹੇ ਆ ਵੀ ਗੋਲ ਆ ਇੱਕ ਦੱਸਣ ਦਾ ਗੋਲ। ਦੈਟਸ ਅ ਬਿਗ ਗੋਲ। ਦੈਟਸ ਅ ਬਿਗ ਗੋਲ। ਸੋ ਇਹ ਆ ਵੀ ਯੂ نو ਨਵੇਂ ਸਾਲ 'ਚ ਜ਼ਿਆਦਾ ਵੀਡੀਓਜ਼ ਅਪਲੋਡ ਕਰੀਏ ਅਤੇ ਤੁਹਾਨੂੰ ਇਲਾਹੀ ਦੀ ਲਾਈਫ ਬਾਰੇ ਦਿਖਾਈਏ ਕਿਉਂਕਿ ਹੁਣ ਇਲਾਹੀ ਕਾਫੀ ਇੰਟਰਟੇਨਿੰਗ ਆ, ਬਹੁਤ ਬੋਲਦੀ ਆ, ਬਹੁਤ ਖੇਡਦੀ ਆ, ਬਹੁਤ ਫਨ ਆ। ਸੋ ਸ਼ੀ ਇਜ਼ ਰੀਲੀ ਫਨ, ਰੀਲੀ ਫਨ। ਯਾ ਸੋ ਤੁਹਾਨੂੰ ਇਹਦੇ ਬਾਰੇ ਸਾਰਾ ਦਿਖਾਵਾਂਗੇ, ਯੂ نو ਵੀ ਕੀ ਕਰਦੀ ਆ। ਤੇ ਹੋਪਫੁਲੀ ਤੁਹਾਡੇ ਸਾਰਿਆਂ ਦਾ ਨਵਾਂ ਸਾਲ ਵਧੀਆ ਜਾ ਰਿਹਾ ਹੋਵੇ। ਸ਼ੀ ਇਜ਼ ਅ ਵੈਰੀ ਕੂਲ ਬੇਬੀ। ਸ਼ੀ ਇਜ਼ ਅ ਕੂਲ ਬੇਬੀ। ਸ਼ੀ ਇਜ਼ ਅ ਬੈਸਟ ਬੇਬੀ। ਆਬਵੀਅਸਲੀ ਐਟ ਦ ਸੇਮ ਟਾਈਮ। ਯੂ ਆਰ ਦ ਬੈਸਟ ਬੇਬੀ। ਸ਼ੀ ਇਜ਼ ਲਾਈਕ ਸ਼ੀ ਇਜ਼ ਲਾਈਕ ਐਨ ਐਂਜਲ, ਹਨਾ? ਹਨਾ ਗੂਗੂ? ਯੂ ਲਾਈਕ ਐਨ ਐਂਜਲ? Do you want to say anything before we end the video? Anyways, meri video hui khatam. Main baat khaungi, main thoda wali khaungi. Actually, main aaj video bahut slow khadi. Ho cha? Yeah. Main mere pehle na mukh jana. Main nana hali hali kari, mere muh te lagi janda te, aur main baar saaf kare kitna, aur main baat khaungi na hali hali. Chal sake. Baat baat ne video ko sare muh te raje mitu bhai keh bhi hun camera utte thodi apna juice kadna main. La, phir kyu ho gaya? Phir ki ho gaya? I don't care. ਸਾਰਿਆਂ ਨੂੰ ਖੁਸ਼ੀਆਂ ਭਰਿਆ ਨਵਾਂ ਸਾਲ ਆਵੇ ਤੇ ਵੱਧ ਵੱਧ ਕੇ ਕੰਮ ਕਰੋ ਤੇ ਖੁਸ਼ ਰਹੋ ਤੇ ਇੰਜੋਏ ਕਰੋ ਲਾਈਫ ਨੂੰ ਤੇ ਸਟ੍ਰੈਸ ਨਾ ਲਓ। ਟੀਕੇ ਲੱਗਿਆ ਸੋ ਥੋੜੀ ਜੀ ਯੂ نو ਸਲੋ ਆ, ਸੋ ਨੈਕਸਟ ਵੀਡੀਓ ਚ ਪੂਰੀ ਐਕਟਿਵ ਹੋਊਗੀ ਪਰ ਹੁਣ ਥੋੜਾ ਜਿਹਾ ਸਲੋ ਆ। ਚਲੋ ਠੀਕ ਆ, ਕਿੰਨੇ ਟੀਕੇ ਲੱਗੇ? ਤਿੰਨ ਟੀਕੇ ਲੱਗੇ। ਤਿੰਨ ਟੀਕੇ ਲੱਗੇ ਆ ਤੇ ਕੋਨ ਦਿੰਦੇ ਹੁੰਦੇ ਆ ਡ੍ਰੌਪ ਜਾਂ ਦਿੰਦੇ ਨਹੀਂ। ਓਏ ਮੂੰਹ ਚ ਦਿੱਤਾ ਸੀ, ਮੈਂ ਦਿੱਤਾ ਸੀ ਕੁਝ ਚੀਜ਼। ਯਾ ਸੋ ਆਈ ਡੋਨਟ ਨੋ, ਦੇ ਡ੍ਰੌਪ ਸਮ ਥਿੰਗਸ ਇਨ ਹਰ ਮਾਊਥ। ਆਈ ਡੋਨਟ ਨੋ ਵਾਟਸ ਦੈਟ ਫੋਰ। ਆਲ ਰਾਈਟ, ਐਨੀਵੇਜ਼, ਬਹੁਤ ਦੇਰ ਬਾਅਦ ਵੀਡੀਓ ਬਣਾ ਕੇ ਚੰਗਾ ਲੱਗਿਆ ਐਂਡ ਆਈ ਹੋਪ ਤੁਹਾਨੂੰ ਵੀ ਇਹ ਵੀਡੀਓ ਪਸੰਦ ਆਈ ਹੋਵੇ ਐਂਡ ਅਗੇਨ ਲਾਈਕ, ਕਮੈਂਟ ਤੇ ਸ਼ੇਅਰ ਕਰੋ। ਸਾਡਾ ਚੈਨਲ ਦੇਖਦੇ ਰਹੋ, ਮਿਲਦੇ ਤੁਹਾਨੂੰ ਅਗਲੀ ਵੀਡੀਓ ਵਿੱਚ। ਓਕੇ, ਬਾਏ ਬਾਏ।